ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਤਰੱਕੀ ਬਖਸ਼ੇ, ਬਾਬਾ ਨਾਨਕ ਮਿਹਰ ਕਰ, ਹੋਰ ਤਰੱਕੀਆਂ ਬਖਸ਼ਣ, ਜਿੰਨੇ ਵੀ ਕਲਾਕਾਰ ਜਮਾਤ ਹੈ ਜਿਹੜੇ ਨਹੀਂ ਵੀ ਤੁਸੀਂ ਬੁਲਾਏ ਜਾਂ ਜਿਹੜੇ ਨਹੀਂ ਆ ਸਕੇ ਉਹਨਾਂ ਵੱਲੋਂ ਵੀ ਤੁਹਾਨੂੰ ਲੱਖ ਲੱਖ ਵਧਾਈਆਂ। ਮੈਨੂੰ ਲੱਗਦਾ ਹੈ ਕਿ ਜੇ ਸਾਡੇ ਪੰਜਾਬੀ ਇੰਡਸਟਰੀ ਇਕੱਠੀ ਹੋ ਜਾਵੇ ਅਤੇ ਜੇ ਸਰਹੱਦ ਤੋਂ ਪਾਰਲਾ ਪੰਜਾਬ ਦਾ ਵੀ ਸਾਨੂੰ ਹਿੱਸਾ ਸਿਨੇਮਾ ਸਾਡਾ ਆਦਾਨ ਪ੍ਰਦਾਨ ਹੋ ਜਾਵੇ ਜਾਂ ਸੰਗੀਤ, ਤਾਂ ਬਾਲੀਵੁੱਡ ਤਾਂ ਬਹੁਤ ਛੋਟਾ ਰਹਿ ਜੂਗਾ ਸਾਡੇ ਪੂਰੇ, ਪਰ ਸਾਡੀ ਬਾਬਾ ਨਾਨਕ ਦਾ ਦਰ ਖੁੱਲ੍ਹ ਗਿਆ, ਮੈਨੂੰ ਲੱਗਦਾ ਮਿਹਰ ਹੋ ਜੂਗੀ। ਜੇ ਸਿਆਸੀ ਲੋਕਾਂ ਦੀ ਈਗੋ ਖਤਮ ਹੋ ਜਾਵੇ ਤਾਂ ਦੋਨੇ ਪਾਸੇ ਲੋਕ ਬਾਹਾਂ ਖਿਲਾਰੀ ਖੜ੍ਹੇ, ਮੈਨੂੰ ਲੱਗਦਾ ਜੇ ਇਹ ਕੰਮ ਹੋ ਜਾਵੇ, ਕਿਉਂਕਿ ਇੰਡਸਟਰੀ ਸਾਡੀ ਉਹ ਸੀ, ਇਹ ਲਾਹੌਰ ਤੋਂ ਹੀ ਗਈ ਹੈ, ਹੁਣ ਅਸੀਂ ਬਗਾਲਗੀ 'ਚ ਚਲੇ ਗਏ, ਸਾਨੂੰ ਸਾਡੇ ਟੈਕਨੀਸ਼ੀਅਨ ਨੂੰ ਭੱਜਣਾ ਪੈਂਦਾ, ਸਾਡੇ ਐਕਟਰਾਂ ਨੂੰ ਭੱਜਣਾ ਪੈਂਦਾ, ਬੰਬੇ ਫਲੈਟ ਰਹਿਣਾ ਪੈਂਦਾ ਕਿਉਂਕਿ ਜਗਾੜਵਾਜੀ ਉੱਥੇ ਹੈ ਜ਼ਿਆਦਾ। ਸੋ ਇਸ ਕਰਕੇ ਮਾਲਕ ਮਿਹਰ ਕਰਨ ਸਾਰੇ ਵਤਨ ਪਰਤਨ ਅਤੇ ਸਾਡੀ ਇੰਡਸਟਰੀ ਬਹੁਤ ਵੱਡੀ ਇੰਡਸਟਰੀ ਬਣ ਜਾਊਗੀ। ਮਾਲਕ ਮਿਹਰ ਕਰਨ, ਤੁਹਾਨੂੰ ਲੱਖ ਲੱਖ ਵਧਾਈਆਂ ਚਾਹਦੇ ਕਰਦੇ। Thank you. Thank you.